एक्सीडेंट होया इन्ना बुरी तरह, वो पछाने भी जा रहा। बहुत माड़ी घटना बीती है। हरदेव सिंह सन ऑफ जंग सिंह, पिंड खेड़ी, जिला संगरूर। हरदेव सिंह जी की घटना वापर रही है, जो पता लगे तुहाडा बेटा भी इन्हां दे बेटे नाल ही है। हाँ जी हाँ, परसों सवेरे सानू फोन आया जी 4 बजे, कहिंदा बहुत खबर खराब है, ਵੀ ਇਸ ਤਰ੍ਹਾਂ ਹੋ ਗਿਆ, ਐਕਸੀਡੈਂਟ ਹੋਇਆ ਇੰਨਾ ਬੁਰੀ ਤਰ੍ਹਾਂ, ਉਹ ਪਛਾਣਿਆ ਵੀ ਜਾ ਰਿਹਾ। ਲੜਕੇ ਨਾਲ ਪਹਿਲਾਂ ਗੱਲਾਂ ਹੁੰਦੀਆਂ ਨੇ, ਇਹਨਾਂ ਦੇ ਲੜਕੇ ਨਾਲ ਵੀ ਹੁੰਦੀਆਂ ਰਹਿੰਦੀਆਂ, ਘਰ ਵਾਲਿਆਂ ਦੀ ਵੀ ਹੁੰਦੀ ਰਹੀ। ਤੇ 4 ਸਤੰਬਰ 2021 ਨੂੰ ਗਏ ਤੇ ਜੀ, ਇੱਕ ਦਿਨ ਹੀ ਗਏ ਫਲੈਟ 'ਚ ਇਕੱਠੇ, ਕਾਫੀ ਪਿਆਰ ਤੇ ਜੀ ਇਕੱਠੇ ਰਹਿੰਦੇ ਰਹੇ। ਜੇ ਕਿਤੇ ਅੱਗੇ ਪਿੱਛੇ ਹੁੰਦੇ ਫਿਰ ਵੀ ਫੋਨ ਤੇ ਇਹਨਾਂ ਦੀ ਗੱਲ ਹੁੰਦੀ ਰਹਿੰਦੀ ਸੀ। ਕਿਸ ਤਰ੍ਹਾਂ ਦੇਖਦੇ ਹੋ ਕਰਕੇ ਪੰਜਾਬ ਚੋਂ ਨੌਜਵਾਨ ਪੀੜ੍ਹੀ ਲਗਾਤਾਰ ਰੁਜ਼ਗਾਰ ਦੀ ਭਾਲ ਦੇ ਲਈ ਬਾਹਰ ਜਾ ਰਹੀ ਹੈ, ਪਰ ਅਜਿਹੇ ਹਾਦਸੇ ਵੀ ਵਾਪਰ ਰਹੇ ਨੇ? ਬਾਅਦ ਜੀ ਮੰਨਦੇ ਨੀ ਹੁਣ, ਅਸੀਂ ਬਥੇਰਾ ਜ਼ੋਰ ਲਾਇਆ, ਮੈਂ ਕਿਹਾ ਤੇ ਲੜਕੇ ਨੂੰ ਅੱਜ ਉਹ ਮਰਜ਼ੀ ਜਿੰਨਾ ਕੋਈ ਵੀ ਕੋਰਸ ਕਰ ਲੈ, ਮਹਿੰਗੇ ਤੋਂ ਮਹਿੰਗਾ, ਕੋਈ ਤੇ ਘਾਟ ਨਹੀਂ ਮੰਨਦੇ ਹੁਣ। ਅਜੇ ਵੀ ਲੱਗਦਾ ਨੀ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਜੋ ਨਾਕਾਮੀਆਂ ਨੇ ਇਹਨਾਂ ਲਈ ਬਾਹਰ ਜਾਣਾ ਪੈ ਰਿਹਾ? ਬਿਲਕੁਲ ਨਾਕਾਮੀਆਂ ਨੇ, ਬਿਲਕੁਲ ਨਾਕਾਮੀਆਂ ਨੇ। ਕਿਉਂ ਬਾਹਰ ਜਾਣ ਜੀ? ਆ ਦੇਖੋ ਇਹਨਾਂ ਦੇ ਬੱਚਾ ਹੁਣ ਚਲਿਆ ਗਿਆ, ਕਿੰਨਾ ਮੁਸ਼ਕਿਲ ਲੱਗ ਰਿਹਾ ਹੈ। ਮਾਂ ਬਾਪ ਦਾ ਹੁਣ ਕੀ ਹੀਲਾ ਇਹਨਾਂ ਦਾ? ਬਹੁਤ ਮਾੜੀ ਘਟਨਾ ਬੀਤੀ ਹੈ। ਸਰਕਾਰਾਂ ਨੌਕਰੀਆਂ ਮੁਹੱਈਆ ਕਰਾਉਣ ਤਾਂ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ? ਨਹੀਂ ਜਾਣਾ ਪਵੇ ਜੀ, ਜੇ ਉਹਦੀ ਨੌਕਰੀਆਂ ਦੇਣ ਸਰਕਾਰ ਦੇਵੇ ਤਾਂ ਬੱਚੇ ਕਿਉਂ ਬਾਹਰ ਜਾਣ? ਬਿਲਕੁਲ ਨਕੰਮੀ ਹੈ ਜੀ। ਬੱਚੇ ਇੰਨੀ ਪੜ੍ਹਾਈ ਕਰਦੇ ਨੇ, ਮਾਂ ਬਾਪ ਪਹਿਲਾਂ ਪੜ੍ਹਾਉਂਦੇ ਨੇ, ਫਿਰ ਉਹਨਾਂ ਦਾ ਨੌਕਰੀ ਦਾ ਵੀ ਦੇਖਣਾ ਪੈਂਦਾ ਵੀ ਕੀ ਕਰਨ। ਜਿਹੜਾ ਬੱਚਾ ਕਰਨਾ ਚਾਹੁੰਦਾ ਤਾਂ ਫਿਰ ਹੁਣ ਕੀ ਕਰਨ? ਬੱਚੇ ਵੀ ਬੱਚੇ ਤਾਂ ਬਾਹਰ ਜਾਂਦੇ ਨੇ, ਜੇ ਉਰੇ ਨੌਕਰੀ ਮਿਲੀ ਜਾਵੇ ਤਾਂ ਕਿਉਂ ਜਾਣ ਬਾਹਰ? ਆਪਣੇ ਮਾਂ ਬਾਪ ਨੂੰ ਕਿਉਂ ਛੱਡਣ? ਰਾਜੇਸ਼ਵਰ ਕੁਮਾਰ, ਮੈਂ ਸਿਰਫ ਇਹੀ ਬੋਲਣਾ ਚਾਹੁੰਦਾ ਵੀ ਜਿਹੜੇ ਆਪਣੇ ਮਾਂ ਪਿਓ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਤਿਆਰ ਖੜੇ ਨੇ, ਇਹਨਾਂ ਗੰਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪੰਜਾਬ ਉਜਾੜ ਕੇ ਰੱਖਤਾ, ਸਾਡੇ ਬੱਚੇ ਬਾਹਰ ਅਸੀਂ ਮਜਬੂਰੀ 'ਚ ਭੇਜਦੇ ਹਾਂ, ਕੋਈ ਖੁਸ਼ੀ ਨੂੰ ਨਹੀਂ ਭੇਜਦੇ। ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਮਾਤਾਵਾਂ ਭਾਈਆਂ ਨੂੰ ਵੀ ਜਿਹੜੇ ਬਾਹਰ ਭੇਜਦੇ ਨੇ, ਕਿਰਪਾ ਕਰਕੇ ਉਹ ਇੱਥੇ ਹੀ ਪੰਜਾਬ ਨਹੀਂ ਹਰਿਆਣਾ ਹਿਮਾਚਲ ਜਿੱਥੇ ਮਰਜ਼ੀ ਐਡਜਸਟ ਕਰ ਲਓ, ਪਰ ਇਹ ਦਿਨ ਨਾ ਦੇਖਿਓ, ਜਿਹੜਾ ਭਗਵਾਨ ਨਾ ਕਰੇ ਕਿਸੇ ਨੂੰ ਦਿਨ ਦੇਖਣਾ ਪਵੇ ਜਿਹੜੇ ਅਸੀਂ ਦੇਖ ਰਹੇ ਹਾਂ। ਅਸੀਂ ਆਪਣਾ 22.5 ਸਾਲ ਦਾ 22.5 ਸਾਲ ਦਾ ਜਿਹੜਾ ਪੁੱਤ ਖੋਇਆ ਉਹਦੀ ਅਸੀਂ ਕੋਈ ਵੀ ਪੂਰਤੀ ਨਹੀਂ ਕਰ ਸਕਦਾ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ, ਥੋੜ੍ਹਾ ਖਾ ਲਓ, ਪੂਰੇ ਹੀ ਖਾ ਲਓ, ਘੱਟੋ ਘੱਟ ਮਾਂ ਪਿਓ ਦੀ ਨਿਗਾਹ 'ਚ ਤਾਂ ਰਹੂਗਾ। ਹਜੇ 1.5 ਸਾਲ ਹੋਇਆ ਜੀ ਸਾਨੂੰ, ਸ਼ਨੀਵਾਰ ਪਤਾ ਲੱਗਿਆ। ਕੀ ਗੱਲਾਂ ਬਾਤਾਂ ਨੇ ਜੀ, ਹੁਣ ਤਾਂ ਬਸ ਕਹਾਣੀਆਂ ਰਹਿ ਗਈਆਂ, ਕੀ ਪਤਾ ਸਾਨੂੰ ਨਾਲ ਰੁਲਣਾ ਪਵੇ ਸਾਰੀ ਜ਼ਿੰਦਗੀ। ਹੁਣ ਮਰਨ ਵਾਸਤੇ ਤਾਂ ਹੈਗੇ ਹੀ ਹਾਂ, ਕਿਹਨੂੰ ਸਾਂਭਦੇ ਫਿਰਾਂਗੇ? ਮਾਂ ਪਿਓ ਬਜ਼ੁਰਗ ਨੇ, ਹੁਣ ਉਹ ਕਰੀ ਉਹਨਾਂ ਦੇ ਮੂੰਹ ਨੂੰ ਦੇਖਦੇ ਹਾਂ, ਕਰੀ ਉੱਥੇ ਵਿਚਾਰੇ ਇਕੱਲੇ ਹੀ ਪਈ ਕਿ ਡੈਡੀ ਬੋਡੀ ਨੂੰ ਦੇਖਦੇ ਹਾਂ ਵੀ ਭਾਈ ਉਹਨੂੰ ਕਦੋਂ ਮੁਕਤੀ ਦਵਾਈਏ। ਹੁਣ ਤਾਂ ਇਹੀ ਹੈ ਵੀ ਜਿੰਨੀ ਜਲਦੀ ਜਾ ਕੇ ਉਹਦੀ ਮੁਕਤੀ ਕਰਵਾ ਦਾਂਗੇ ਤਾਂ ਠੀਕ ਹੈ, ਨਹੀਂ ਤਾਂ ਇਹ ਨਹੀਂ ਪਤਾ ਜੇ ਉਰੇ ਲੈਣਾ ਪੈ ਗਿਆ ਤਾਂ ਸਾਨੂੰ ਕੀ ਕੁਝ ਦੇਖਣਾ ਪਊਗਾ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ। ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ, 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਕਦੋਂ ਬਦਲੇਗੀ ਤਕਦੀਰ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ, ਲਵ ਮੈਰਿਜ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਪਤੀ ਪਤਨੀ ਚ ਝਗੜਾ, ਤਲਾਕ ਕੇਸ, ਵਿਦੇਸ਼ ਚ ਪੱਕੇ ਹੋਣਾ, ਕਰਜ਼ਾ ਮੁਕਤੀ, ਔਲਾਦ ਸੁੱਖ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਵੇਖੋ। ਗੁਰੂ ਕਾਦੀਰ ਜੀ 99151 68709।